ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। 1,10,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਲਈ ਮਿਲੇ ਸੱਦਾ ਪੱਤਰ। ਐਕਸਪ੍ਰੈਸ ਐਂਟਰੀ ਅਧੀਨ PR ਮਿਲਣ ਦੀ ਗਿਣਤੀ 2.5 ਗੁਣਾ ਹੋਈ। ਐਲਬਰਟਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਦਾ ਐਲਾਨ। PR ਲਈ ਨਵੀਂ ਅੰਕ ਆਧਾਰਿਤ ਪ੍ਰਣਾਲੀ 30 ਸਤੰਬਰ ਤੋਂ ਹੋਵੇਗੀ ਸ਼ੁਰੂ। ਕੈਨੇਡਾ 'ਚ ਪੰਜਾਬੀ ਸਟੂਡੈਂਟਸ ਨਾਲ ਵਾਪਰੀ ਨਸਲੀ ਘਟਨਾ। ਇੱਕ ਗੋਰੇ ਨੇ ਧਮਕੀਆਂ ਦਿੰਦਿਆਂ ਕੀਤੀਆਂ ਨਸਲੀ ਟਿੱਪਣੀਆਂ। UK ਤੋਂ ਬਾਅਦ ਕੈਨੇਡਾ 'ਚ ਪ੍ਰਵਾਸੀਆਂ ਖਿਲਾਫ਼ ਰੋਸ ਪ੍ਰਦਰਸ਼ਨ। ਕੈਨੇਡਾ ਟੇਕ ਬੈਕ ਦੇ ਨਾਅਰਿਆਂ ਨਾਲ ਫੈਲਾਈ ਜਾ ਰਹੀ ਹੈ ਨਫ਼ਰਤ। ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਅਧੀਨ PR ਲਈ ਸੱਦੇ ਭੇਜਣ ਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ 2022 ਦੇ ਮੁਕਾਬਲੇ 2023 'ਚ 2.5 ਗੁਣਾ ਵੱਧ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ। ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ 4,88,000 ਤੋਂ ਵੱਧ ਵੀਜ਼ਾ ਅਰਜ਼ੀਆਂ 'ਚੋਂ ਤਕਰੀਬਨ 1,45,000 ਰੱਦ ਕਰ ਦਿੱਤੀਆਂ ਗਈਆਂ। ਐਕਸਪ੍ਰੈਸ ਐਂਟਰੀ ਅਧੀਨ 2022 'ਚ 46,539 PR ਦੇ ਸੱਦੇ ਭੇਜੇ ਗਏ ਅਤੇ 2023 'ਚ ਇਹ ਅੰਕੜਾ 136% ਵੱਧ ਗਿਆ ਅਤੇ 1,10,266 ਜਣਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਸੱਦਾ ਦਿੱਤਾ ਗਿਆ। ਸਭ ਤੋਂ ਜ਼ਿਆਦਾ ਸੱਦੇ ਕੈਨੇਡਾ 'ਚ ਮੌਜੂਦ ਪ੍ਰਵਾਸੀਆਂ ਨੂੰ ਹੀ ਮਿਲੇ, ਜਿਨ੍ਹਾਂ ਦੀ ਗਿਣਤੀ 76,791 ਦਰਜ ਕੀਤੀ ਗਈ। PR ਦੇ 40,000 ਸੱਦੇ ਕੈਨੇਡੀਅਨ ਐਕਸਪੀਰੀਅੰਸ ਪ੍ਰੋਗਰਾਮ ਅਧੀਨ ਜਾਰੀ ਕੀਤੇ ਗਏ, ਜਦਕਿ 26,445 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਦਿੱਤੇ ਗਏ। ਇਸ ਤੋਂ ਇਲਾਵਾ 17,898 PR ਦੇ ਸੱਦੇ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਅਧੀਨ ਜਾ ਰਹੇ ਹੋਏ। ਕੋਪਰੀਹੈਂਸਿੰਗ ਰੈਂਕਿੰਗ ਸਿਸਟਮ ਦਾ ਸਕੋਰ 300 ਤੋਂ 550 ਦਰਮਿਆਨ ਰਿਹਾ ਅਤੇ 93% ਉਮੀਦਵਾਰ ਇਸ ਅਧੀਨ ਆਏ। ਔਸਤ ਸਕੋਰ 500 ਤੋਂ ਟੱਪਦਾ ਨਜ਼ਰ ਆਇਆ ਅਤੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀਆਂ ਨੂੰ ਲੱਖ ਯਤਨਾਂ ਦੇ ਬਾਵਜੂਦ PR ਦਾ ਸੱਦਾ ਨਹੀਂ ਮਿਲ ਸਕਿਆ। ਕੰਪਿਊਟਰ ਟੈਕ ਸੈਕਟਰ ਅਤੇ ਫਾਈਨਾਂਸ ਸੈਕਟਰ 'ਚ ਸਭ ਤੋਂ ਵੱਧ PR ਦੇ ਸੱਦੇ ਗਏ, ਜਦਕਿ ਪੁਰਸ਼ਾਂ ਅਤੇ ਔਰਤਾਂ ਦੀ ਤੁਲਨਾ ਕੀਤੀ ਜਾਵੇ ਤਾਂ PR ਦੇ ਸੱਦਾ ਹਾਸਲ ਕਰਨ ਵਾਲਿਆਂ 'ਚੋਂ 57% ਪੁਰਸ਼ ਅਤੇ 43% ਔਰਤਾਂ ਸ਼ਾਮਲ ਸਨ। ਇਮੀਗ੍ਰੇਸ਼ਨ ਵਿਭਾਗ ਵੱਲੋਂ 2023 ਬਾਰੇ ਜਾਰੀ ਇੱਕ ਰਿਪੋਰਟ 'ਚ 15 ਕਿੱਤਿਆਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਅਧੀਨ ਸਭ ਤੋਂ ਵੱਧ PR ਦੇ ਸੱਦੇ ਭੇਜੇ ਗਏ ਅਤੇ ਇਹਨਾਂ 'ਚੋਂ 10 ਨੂੰ TR1 'ਚ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਮੁਲਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ PR ਦਾ ਸੱਦਾ ਹਾਸਲ ਕਰਨ 'ਚ ਭਾਰਤੀ ਸਭ ਤੋਂ ਅੱਗੇ ਰਹੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 76,000 ਤੋਂ ਵੱਧ ਉਮੀਦਵਾਰਾਂ 'ਚੋਂ ਅੱਧੇ ਤੋਂ ਜ਼ਿਆਦਾ ਭਾਰਤੀ ਸਨ ਅਤੇ ਭਾਰਤ 'ਚ ਮੌਜੂਦ 7,394 ਉਮੀਦਵਾਰਾਂ ਨੂੰ PR ਦਾ ਸੱਦਾ ਵੱਖਰੇ ਤੌਰ 'ਤੇ ਮਿਲਿਆ। ਤੀਜਾ ਸਥਾਨ ਕੈਮਰੂਨ ਦਾ ਰਿਹਾ, ਜਿੱਥੋਂ 3,828 ਪ੍ਰਵਾਸੀਆਂ ਨੂੰ PR ਲਈ ਸੱਦੇ ਭੇਜੇ ਗਏ। ਚੌਥੇ ਸਥਾਨ 'ਤੇ ਨਾਈਜੀਰੀਆ ਰਿਹਾ, ਜਿਸ ਦੇ 3,822 ਨਾਗਰਿਕਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਾਖਲ ਕਰਨ ਦਾ ਸੱਦਾ ਭੇਜਿਆ ਗਿਆ। ਐਲਬਰਟਾ ਪ੍ਰੋਵਿੰਸ ਵੱਲੋਂ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਕਰਨ ਦਾ ਐਲਾਨ ਕੀਤਾ ਗਿਆ ਹੈ। 30 ਸਤੰਬਰ 2024 ਤੋਂ ਨਵੇਂ ਨਿਯਮ ਅਨੁਸਾਰ ਇੱਕ ਨਵਾਂ ਅੰਕ ਆਧਾਰਿਤ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਲਾਗੂ ਹੋਵੇਗਾ, ਜਿਸ ਮੁਤਾਬਕ ਬਿਨੈਕਾਰਾਂ ਨੂੰ ਵੱਖ ਵੱਖ ਚੀਜ਼ਾਂ ਦੇ ਅੰਕ ਮਿਲਣਗੇ। ਜਾਣਕਾਰੀ ਮੁਤਾਬਕ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਅੰਕਾਂ ਮੁਤਾਬਕ ਦਰਜਾਬੰਦੀ ਕੀਤੀ ਜਾਵੇਗੀ। ਸੂਬੇ 'ਚ ਕਾਮਿਆਂ ਦੀ ਲੋੜ ਦੇ ਆਧਾਰ 'ਤੇ ਵੀ PR ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਪ੍ਰਣਾਲੀ 2 ਤਰੀਕੇ ਨਾਲ ਕੰਮ ਕਰਦੀ ਹੈ। ਜਿੱਥੇ ਫੈਡਰਲ ਪੱਧਰ ਉੱਪਰ PR ਲਈ ਵੱਖ ਵੱਖ ਪ੍ਰੋਗਰਾਮ ਚੱਲਦੇ ਨੇ, ਉੱਥੇ ਹੀ ਸੂਬਿਆਂ ਦੇ ਆਪਣੇ ਪ੍ਰੋਗਰਾਮ ਹੁੰਦੇ ਨੇ। ਦੋਵਾਂ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਹੀ ਸਾਲਾਨਾ ਟੀਚੇ ਨਿਰਧਾਰਿਤ ਹੁੰਦੇ ਨੇ। ਕੈਨੇਡਾ ਵੱਲੋਂ 2024 ਦੌਰਾਨ 4,85,000 ਵਿਅਕਤੀਆਂ ਨੂੰ PR ਦੇਣ ਦਾ ਟੀਚਾ ਹੈ। ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਇਸ ਸਮੇਂ 9 ਸ਼੍ਰੇਣੀਆਂ ਨੇ। ਇਸ ਤੋਂ ਪਹਿਲਾਂ ਅੰਕਾਂ ਉੱਪਰ ਆਧਾਰਿਤ ਕੋਈ ਸਿਸਟਮ ਨਹੀਂ ਸੀ ਅਤੇ ਯੋਗਤਾ ਪੂਰੀ ਕਰਦੇ ਸਾਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਂਦੀਆਂ ਸਨ।
ਹੋਰਨਾਂ ਪ੍ਰੋਵਿੰਸਿਸ 'ਚ ਅੰਕ ਆਧਾਰਿਤ ਸਿਸਟਮ ਹਨ ਅਤੇ ਅਜਿਹੇ 'ਚ PR ਲਈ ਬਿਨੈਕਾਰਾਂ ਨੂੰ ਇੱਕ ਚੁਣੌਤੀਪੂਰਨ ਪ੍ਰਕਿਰਿਆ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ 'ਚ ਅਲਬਰਟਾ ਬਹੁਤ ਸਾਰੇ ਬਿਨੈਕਾਰਾਂ ਦੀ ਪਹਿਲੀ ਪਸੰਦ ਬਣ ਗਿਆ ਸੀ। ਬਹੁਤ ਸਾਰੇ ਵਿਦਿਆਰਥੀ ਹੋਰਨਾਂ ਸੂਬਿਆਂ ਤੋਂ ਅਲਬਰਟਾ 'ਚ ਜਾ ਕੇ PR ਹਾਸਲ ਕਰਨ ਲਈ ਅਰਜ਼ੀ ਦੇ ਰਹੇ ਸਨ। ਸੂਬੇ 'ਚ ਕੀਤੀ ਗਈ ਇਸ ਤਬਦੀਲੀ ਨੂੰ ਵੱਧਦੀਆਂ ਅਰਜ਼ੀਆਂ ਦੀ ਗਿਣਤੀ ਅਤੇ ਆਬਾਦੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। 2023 ਦੌਰਾਨ ਸੂਬੇ ਦੀ ਆਬਾਦੀ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ। 2023 ਦੌਰਾਨ ਸੂਬੇ ਦੀ ਆਬਾਦੀ 4.8 million ਤੋਂ ਵੱਧ ਦਰਜ ਕੀਤੀ ਗਈ। ਇਸ ਨਾਲ 4,07,69,890 ਤੱਕ ਪਹੁੰਚ ਗਈ। ਇਸ ਸਾਲ ਫਰਵਰੀ ਮਹੀਨੇ ਤੋਂ ਸੂਬੇ ਦੇ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ। 15 ਫਰਵਰੀ 2024 ਨੂੰ ਅਚਾਨਕ ਹੀ ਪ੍ਰੋਗਰਾਮ ਉੱਪਰ ਰੋਕ ਲਗਾਉਂਦਿਆਂ ਨਵੀਆਂ ਅਰਜ਼ੀਆਂ ਨਾ ਲੈਣ ਦੀ ਘੋਸ਼ਣਾ ਕਰ ਦਿੱਤੀ ਗਈ। ਫਿਰ 3 ਜੂਨ ਨੂੰ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ। ਉਸ ਮੌਕੇ ਵੀ ਪ੍ਰੋਗਰਾਮ 'ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਇਸ ਐਲਾਨ ਤੋਂ ਬਾਅਦ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਬਹੁਤ ਸਾਰੇ ਬਿਨੈਕਾਰ ਹੁਣ ਲਗਾਤਾਰ ਡਰਾ ਆਉਣ ਦੀ ਆਸ ਕਰ ਰਹੇ ਨੇ। ਕੁਝ ਬਿਨੈਕਾਰ ਜੋ ਹੋਰਨਾਂ ਸੂਬਿਆਂ ਤੋਂ PR ਹਾਸਲ ਕਰਨ ਲਈ ਅਲਬਰਟਾ ਜਾਣ ਬਾਰੇ ਸੋਚ ਰਹੇ ਸਨ ਵੀ ਫਿਲਹਾਲ ਦੁਚਿੱਤੀ 'ਚ ਦੇਖੇ ਜਾ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ 'ਤੇ ਆਏ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੀਂ ਅੰਕ ਆਧਾਰਿਤ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਉਣ 'ਤੇ ਹੀ ਕੋਈ ਫੈਸਲਾ ਲਵੇਗਾ। ਜੂਨ ਮਹੀਨੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ 2024 ਦੇ ਰਹਿੰਦੇ ਮਹੀਨਿਆਂ ਦੌਰਾਨ ਹਰ ਮਹੀਨੇ ਇੱਕ ਨਿਸ਼ਚਿਤ ਦਿਨ ਨੂੰ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅਰਜ਼ੀਆਂ ਦੀ ਗਿਣਤੀ ਵੀ ਸੀਮਤ ਕੀਤੀ ਗਈ ਸੀ। 2024 ਦੌਰਾਨ ਅਲਬਰਟਾ ਵੱਲੋਂ 9,750 ਵਿਅਕਤੀਆਂ ਨੂੰ PR ਲਈ ਨਾਮਜ਼ਦ ਕੀਤਾ ਜਾਵੇਗਾ। ਵਿਭਾਗ ਦੀ ਵੈਬਸਾਈਟ ਮੁਤਾਬਕ ਹੁਣ ਤੱਕ 6,594 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਨਾਲ ਨਸਲੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। 21 ਸਾਲ ਦਾ ਪੀੜਿਤ ਤਰਨਪ੍ਰੀਤ ਸਿੰਘ ਨਿਊਫੰਡਲੈਂਡ ਐਂਡ ਲੈਬਰਾਡੋਰ ਸੂਬੇ ਦੇ ਸੇਂਟ ਜੌਨਸ 'ਚ ਰਹਿੰਦਾ ਹੈ। ਲੰਘੇ ਐਤਵਾਰ ਉਹ ਆਪਣੇ ਇੱਕ ਦੋਸਤ ਅਤੇ ਕਜ਼ਨ ਨਾਲ ਸਨਸ਼ਾਈਨ ਰੋਟਰੀ ਪਾਰਕ ਘੁੰਮਣ ਗਿਆ ਸੀ, ਪਰ ਪਾਰਕ 'ਚ ਆਪਣੇ ਕੁੱਤੇ ਨੂੰ ਸੈਰ ਕਰਾਉਂਦੇ ਇੱਕ ਗੋਰੇ ਨੇ ਉਹਨਾਂ ਤਿੰਨਾਂ ਮੁੰਡਿਆਂ ਵੱਲ ਨਫ਼ਰਤੀ ਅਤੇ ਨਸਲੀ ਟਿੱਪਣੀਆਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ। ਤਿੰਨੇ ਮੁੰਡੇ ਘਬਰਾ ਗਏ ਅਤੇ ਉਹਨਾਂ ਨੇ ਪਾਰਕ ਛੱਡ ਕੇ ਜਾਣ ਲਈ ਤੁਰਨਾ ਸ਼ੁਰੂ ਕੀਤਾ, ਪਰ ਉਹ ਗੋਰਾ ਵਿਅਕਤੀ ਵਾਪਸ ਮੁੜਿਆ ਅਤੇ ਫਿਰ ਉਹਨਾਂ ਨਾਲ ਜ਼ਮਾਨੀ ਬਦਤਮੀਜ਼ੀ ਕਰਨ ਲੱਗ ਪਿਆ। ਉਸ ਵਿਅਕਤੀ ਨੇ ਮੁੰਡਿਆਂ ਦੀ ਪੱਗ ਵੱਲ ਭੱਦੀਆਂ ਟਿੱਪਣੀਆਂ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਲੋਕਾਂ ਨੂੰ ਨਫ਼ਰਤ ਕਰਦਾ ਹਾਂ, ਤੁਸੀਂ ਮੇਰੇ ਪੂਰੇ ਦੇਸ਼ 'ਤੇ ਕਬਜ਼ਾ ਕਰ ਰਹੇ ਹੋ। ਇੱਕ ਮੁੰਡੇ ਨੇ ਇਸ ਤਕਰਾਰ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਗੋਰੇ ਨੇ ਉਹਨਾਂ ਨੂੰ ਗਾਲਾਂ ਕੱਢਦਿਆਂ ਕਿਹਾ ਕਿ ਕੀ ਮੇਰੇ ਵਰਗੇ ਇਰਾਨ ਜਾਂ ਅਫਗਾਨਿਸਤਾਨ ਜਾਂ ਪਾਕਿਸਤਾਨ 'ਚ ਨਜ਼ਰ ਆਉਂਦੇ ਨੇ। ਤਰਨਪ੍ਰੀਤ ਹੋਰਾਂ ਨੇ ਕਿਹਾ ਕਿ ਉਹ ਤਿੰਨੇ ਭਾਰਤ ਤੋਂ ਨੇ, ਤਾਂ ਇਸ ਦੇ ਜਵਾਬ 'ਚ ਉਸ ਗੋਰੇ ਨੇ ਚੀਕਦੇ ਹੋਏ ਕਿਹਾ, ਤੁਸੀਂ ਕੈਨੇਡਾ ਤੋਂ ਨਹੀਂ ਹੋ, ਤੁਸੀਂ ਵੀ ਸਿਰ 'ਤੇ ਕੱਪੜੇ ਲਪੇਟਦੇ ਹੋ, ਤੁਸੀਂ ਸਾਰੇ ਘਟੀਆ ਲੋਕ ਇੱਕੋ ਵਰਗੇ ਹੁੰਦੇ ਹੋ। ਉਸ ਵਿਅਕਤੀ ਨੇ ਉਹਨਾਂ 'ਤੇ ਕੈਨੇਡੀਅਨ ਸਰਕਾਰ ਤੋਂ ਪੈਸੇ ਲੈਣ ਦਾ ਦੋਸ਼ ਲਗਾਇਆ। ਤਰਨਪ੍ਰੀਤ ਨੇ ਕਿਹਾ ਕਿ ਮੁੰਡਿਆਂ ਨੇ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਪੈਸੇ ਲੈਣ ਦੀ ਬਜਾਏ ਕੈਨੇਡਾ 'ਚ ਪੜ੍ਹਨ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ, ਜੋ ਕਿ ਕਰੀਬ $40,000 ਬਣਦੀ ਹੈ। ਤਰਨਪ੍ਰੀਤ ਨੇ ਕਿਹਾ ਕਿ ਉਸ ਗੋਰੇ ਵਿਅਕਤੀ ਨੇ ਦੇ ਦੋਸਤ ਨੇ ਜਦੋਂ ਦੇਖਿਆ ਇਸ ਨਸਲੀ ਘਟਨਾ ਦੀ ਵੀਡੀਓ ਬਣ ਰਹੀ ਹੈ ਤਾਂ ਉਹ ਆਪਣੇ ਮਿੱਤਰ ਨੂੰ ਪਾਸੇ ਲੈ ਗਿਆ। ਤਰਨਪ੍ਰੀਤ ਅਤੇ ਉਸ ਦੇ ਸਾਥੀ ਆਪਣੀ ਕਾਰ 'ਚ ਇੱਕ ਨੇੜਲੇ ਟਿਮ ਹਾਰਟਨ 'ਚ ਜਾ ਕੇ ਖਾਮੋਸ਼ੀ ਨਾਲ ਬੈਠ ਗਏ। ਤਰਨਪ੍ਰੀਤ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਇੰਨੇ ਸਹਿਮੇ ਹੋਏ ਸਨ ਕਿ ਉਹਨਾਂ ਨੇ ਉਸ ਰਾਤ ਕੁਝ ਨਹੀਂ ਖਾਧਾ। ਐਂਟੀ ਰੇਸਿਜ਼ਮ ਕੋਲੀਸ਼ਨ ਆਫ ਨਿਊਫੰਡਲੈਂਡ ਐਂਡ ਲੈਬਰਾਡੋਰ ਦੀ ਕੋ ਚੇਅਰ ਸੋਬੀਆ ਸ਼ੇਖ ਨੇ ਕਿਹਾ ਕਿ ਨਫ਼ਰਤੀ ਅਪਰਾਧ ਨੂੰ ਰਿਕਾਰਡ ਕਰਨਾ, ਸ਼ਾਂਤ ਰਹਿਣਾ ਅਤੇ ਪੁਲਿਸ, ਮੀਡੀਆ ਜਾਂ ਕਮਿਊਨਿਟੀ ਸੰਸਥਾ ਨੂੰ ਇਸ ਦੀ ਰਿਪੋਰਟ ਕਰਨਾ ਇਹ ਉਹੀ ਚੀਜ਼ ਹੈ ਜਿਸ ਦੀ ਸਲਾਹ ਉਹ ਤਰਨਪ੍ਰੀਤ ਨੂੰ ਦਿੰਦੀ। ਸੋਬੀਆ ਨੇ ਕਿਹਾ ਕਿ 2019 ਤੋਂ ਬਾਅਦ ਨਫ਼ਰਤੀ ਅਪਰਾਧ 3 ਗੁਣਾ ਹੋ ਗਏ ਨੇ, ਪਰ ਜ਼ਿਆਦਾਤਰ ਮਾਮਲੇ ਰਿਪੋਰਟ ਨਹੀਂ ਕੀਤੇ ਜਾਂਦੇ। ਉਸਨੇ ਕਿਹਾ ਕਿ ਪੀੜਿਤ ਅਕਸਰ ਨਿਆਂ ਪ੍ਰਣਾਲੀ ਤੋਂ ਡਰਦੇ ਨੇ ਅਤੇ ਹੋਰ ਵਿਤਕਰਾ ਨਹੀਂ ਸਹਿਣਾ ਚਾਹੁੰਦੇ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨਫ਼ਰਤੀ ਘਟਨਾਵਾਂ ਨਾਲ ਨਜਿੱਠਣ ਲਈ
ਪੁਲਿਸ ਅਤੇ ਨਿਆਂ ਪ੍ਰਣਾਲੀ 'ਤੇ ਭਰੋਸਾ ਨਹੀਂ ਹੈ। ਯੂਕੇ 'ਚ ਫੈਲੀ ਹਿੰਸਾ ਤੋਂ ਬਾਅਦ ਕੈਨੇਡਾ 'ਚ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। ਯੂਕੇ 'ਚ ਪ੍ਰਵਾਸੀ ਲੋਕਾਂ ਖਿਲਾਫ਼ ਪ੍ਰਦਰਸ਼ਨ ਹੋਇਆ ਸੀ, ਹੁਣ ਕੈਨੇਡਾ 'ਚ ਸੋਸ਼ਲ ਮੀਡੀਆ 'ਤੇ ਪ੍ਰਵਾਸੀਆਂ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਉੱਥੇ ਰਹਿਣ ਵਾਲੇ ਸਿੱਖਾਂ ਅਤੇ ਵਿਦਿਆਰਥੀਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਫ੍ਰੀ ਕੈਨੇਡਾ ਟੇਕ ਬੈਕ ਕੈਨੇਡਾ ਦੇ ਨਾਅਰੇ ਲਾ ਰਹੇ ਲੋਕ ਸਾਫ਼ ਦਿਖਾਈ ਦੇ ਰਹੇ ਨੇ। ਕੈਨੇਡਾ 'ਚ ਅਲੱਗ ਅਲੱਗ ਸ਼ਹਿਰਾਂ 'ਚ 3 ਸਿੱਖਾਂ 'ਤੇ ਹਮਲੇ ਵੀ ਹੋਏ। ਲੋਕਾਂ 'ਚ ਅਫਵਾਹ ਫੈਲਾਈ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਕੈਨੇਡਾ 'ਚ ਟਰੂਡੋ ਲੈ ਕੇ ਆਏ ਅਤੇ ਪ੍ਰਵਾਸੀਆਂ ਨੇ ਉਹਨਾਂ ਦੀਆਂ ਨੌਕਰੀਆਂ ਖੋਹ ਲਈਆਂ। ਵਰਲਡ ਸਿੱਖ ਆਰਗਨਾਈਜੇਸ਼ਨ ਆਫ ਕੈਨੇਡਾ ਦੇ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਵੀ ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਿਹਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ 'ਚ AI ਅਤੇ ਨਿਊਜ਼ ਮੀਡੀਆ ਹਾਊਸਿਸ ਦੀ ਵੀ ਅਹਿਮ ਭੂਮਿਕਾ ਹੈ। ਕਈ ਆਰਟੀਕਲ ਛਪ ਰਹੇ ਨੇ ਜਿਨ੍ਹਾਂ 'ਚ ਪ੍ਰਵਾਸੀਆਂ ਨੂੰ ਮਾੜਾ ਦਿਖਾਇਆ ਗਿਆ ਹੈ। ਵਰਲਡ ਸਿੱਖ ਆਰਗਨਾਈਜੇਸ਼ਨ ਆਫ ਕੈਨੇਡਾ ਨੇ ਇਸ ਦੀ ਨਿਖੇਧੀ ਕਰਦਿਆਂ ਸਿੱਖਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਹਰਦੀਪ ਸਿੰਘ ਨਿੱਜਰ ਕਤਲ ਮਾਮਲੇ 'ਚ ਗ੍ਰਿਫਤਾਰ ਸ਼ੱਕੀਆਂ 'ਚੋਂ ਇੱਕ 'ਤੇ ਸਰੀ ਵਿਖੇ ਹਮਲਾ ਹੋਣ ਦੀ ਰਿਪੋਰਟ ਹੈ। ਵਾਇਸ ਆਨਲਾਈਨ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਹਮਲਾ ਸਰੀ ਪ੍ਰੀ ਟ੍ਰਾਇਲ ਸੈਂਟਰ ਸੈੱਲ 'ਚ ਹੋਇਆ ਅਤੇ ਫਿਲਹਾਲ ਨਿਸ਼ਾਨਾ ਬਣਾਏ ਗਏ ਸ਼ੱਕੀ ਦੀ ਪਛਾਣ ਜਨਤਕ ਨਹੀਂ ਹੋ ਸਕੀ। ਦੱਸ ਦਈਏ ਕਿ 22 ਸਾਲ ਦਾ ਕਮਲਪ੍ਰੀਤ ਸਿੰਘ, 28 ਸਾਲ ਦਾ ਕਰਨਪ੍ਰੀਤ ਸਿੰਘ ਅਤੇ 22 ਸਾਲ ਦਾ ਕਰਨ ਬਰਾੜ ਸ਼ੱਕੀ ਅਮਨਦੀਪ ਸਿੰਘ ਓਂਟਾਰੀਓ ਦੀ ਜੇਲ੍ਹ 'ਚ ਬੰਦ ਹੈ। ਸਰੀ ਪ੍ਰੀ ਟ੍ਰਾਇਲ ਸੈਂਟਰ 'ਚ ਵਾਪਰੀ ਘਟਨਾ ਦੇ ਵਿਸਤਾਰਤ ਵੇਰਵੇ ਹਾਸਲ ਨਹੀਂ ਹੋ ਸਕੇ ਅਤੇ ਹਮਲੇ ਦਾ ਨਿਸ਼ਾਨਾ ਬਣੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਕੁਝ ਨਹੀਂ ਪਤਾ ਲੱਗ ਸਕਿਆ। ਪਿਛਲੇ ਦਿਨੀ ਸਰੀ ਦੀ ਅਦਾਲਤ 'ਚ ਹੋਈ ਸੁਣਵਾਈ ਦੌਰਾਨ 3 ਸ਼ੱਕੀਆਂ ਨੂੰ ਪੇਸ਼ ਕੀਤਾ ਗਿਆ, ਪਰ ਬਚਾਅ ਪੱਖ ਦੇ ਵਕੀਲਾਂ ਵੱਲੋਂ ਮੰਗੇ ਦਸਤਾਵੇਜ਼ ਮੁਹੱਈਆ ਨਾ ਹੋਣ ਕਾਰਨ 4ੀ ਵਾਰ ਬਗੈਰ ਕਿਸੇ ਠੋਸ ਕਾਰਵਾਈ ਤੋਂ ਸੁਣਵਾਈ ਮੁਲਤਵੀ ਕਰ ਦਿੱਤੀ ਗਈ, ਜੋ ਅਕਤੂਬਰ ਮਹੀਨੇ 'ਚ ਹੋਵੇਗੀ। ਮੁਕੱਦਮੇ ਦੀ ਸੁਣਵਾਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਹਰਦੀਪ ਸਿੰਘ ਨਿੱਜਰ ਕਤਲਕਾਂਡ ਬੇਹੱਦ ਗੁੰਝਲਦਾਰ ਬਣਿਆ ਹੋਇਆ ਅਤੇ ਗੁੱਝੇ ਭੇਤਾਂ ਤੋਂ ਪਰਦਾ ਉੱਠਣ ਦੀ ਉਡੀਕ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਟੱਡੀ ਵੀਜ਼ਾ 'ਤੇ ਕੈਨੇਡਾ ਆਏ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਬੀਤੇ ਮਈ ਮਹੀਨੇ ਦੌਰਾਨ ਐਡਮਿੰਟਨ ਤੋਂ ਕਾਬੂ ਕੀਤਾ ਗਿਆ, ਜਦਕਿ ਉਹਨਾਂ ਦੇ 4ੇ ਸਾਥੀ ਅਮਨਦੀਪ ਸਿੰਘ ਦੀ ਗ੍ਰਿਫਤਾਰੀ 1 ਹਫ਼ਤਾ ਬਾਅਦ ਦਿਖਾਈ ਗਈ, ਜੋ ਪਹਿਲਾਂ ਹੀ ਓਂਟਾਰੀਓ ਪੁਲਿਸ ਦੀ ਹਿਰਾਸਤ 'ਚ ਸੀ। ਕੈਨੇਡਾ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਣ ਦੇ ਦੋਸ਼ਾਂ ਤੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਭੜਕ ਉੱਠੇ ਅਤੇ ਦਾਅਵਾ ਕੀਤਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਕੋਈ ਵੱਡੀ ਕਮੀ ਨਹੀਂ, ਪਰ ਫਿਰ ਵੀ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਗੁਲਾਮ ਸ਼ਬਦ ਦੀ ਵਰਤੋਂ ਬੇਹੱਦ ਭੜਕਾਊ ਹੈ ਅਤੇ ਕੁਝ ਕਮੀਆਂ ਦੇ ਆਧਾਰ 'ਤੇ ਪੂਰੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੁਝ ਮਾਮਲਿਆਂ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਣਾ ਪੂਰੀ ਤਰ੍ਹਾਂ ਗੈਰ ਵਾਜਬ ਹੈ। ਮਾਰਕ ਮਿਲਰ ਨੇ ਮੰਨਿਆ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ 2016 ਵਿੱਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵੱਧ ਕੇ 83,654 ਹੋ ਗਿਆ। ਕੋਰੋਨਾ ਮਹਾਂਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 'ਚ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ 6 ਗੁਣਾ ਤੱਕ ਵੱਧ ਗਈ। ਦੂਜੇ ਪਾਸੇ ਕਿਰਤ ਮੰਤਰਾਲੇ ਦੇ ਬੁਲਾਰੇ ਮੈਥਿਸ ਡੈਨਿਸ ਨੇ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ 'ਚ ਉਹਨਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ। ਇਸੇ ਦੌਰਾਨ ਆਰਥਿਕ ਮਾਹਿਰ ਮਾਇਕ ਮੋਫਤ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਆਰਜ਼ੀ ਵਿਦੇਸ਼ੀ ਕਾਮਿਆਂ ਰਾਹੀਂ ਐਗਰੀਕਲਚਰ ਸੈਕਟਰ ਸਣੇ ਹੋਰ ਕਈ ਖੇਤਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ, ਪਰ ਘੱਟ ਉਜਰਤ ਦਰਾਂ ਨੂੰ ਬਹੁਤ ਜ਼ਿਆਦਾ ਘਟਾਇਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਹੈਰਾਨੀਕੁੰਨ ਦਾਅਵਾ ਕੀਤਾ ਗਿਆ ਕਿ ਕੈਨੇਡਾ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ।
ਰਿਪੋਰਟ ਕਹਿੰਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੂਅਲ ਹਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ। ਸਿਰਫ ਇੱਥੇ ਹੀ ਬਸ ਨਹੀਂ ਕਿ ਇੰਪਲੋਇਜ਼ ਵੱਲੋਂ ਆਪਣੇ ਕਿਰਤੀਆਂ ਲਈ ਰਿਹਾਇਸ਼ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਰਿਹਾ, ਜਿਸ ਦੇ ਸਿੱਟੇ ਵਜੋਂ ਇੱਕ ਕਮਰੇ 'ਚ 20 ਤੋਂ 30 ਜਣੇ ਰਹਿਣ ਲਈ ਮਜਬੂਰ ਨੇ ਅਤੇ ਸਿਰਫ ਇੱਕ ਹੀ ਵਾਸ਼ਰੂਮ ਨਾਲ ਕੰਮ ਚਲਾਉਣਾ ਪੈਂਦਾ ਹੈ। ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਿਹਾ 16,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਕਾਬੂ ਕੀਤਾ ਜਾ ਚੁੱਕਿਆ ਹੈ ਅਤੇ ਸਮੱਸਿਆ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਅਸਾਈਲਮ ਦੇ ਦਾਅਵਿਆਂ ਨੂੰ ਧੜਾਧੜ ਰੱਦ ਕਰ ਰਹੀ ਹੈ। ਸੇਫ ਥਰਡ ਕੰਟਰੀ ਐਗਰੀਮੈਂਟ 'ਚ 2 ਤਬਦੀਲੀਆਂ ਕਰਦਿਆਂ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ ਮਸ਼ਵਰਾ ਕਰਨ ਲਈ ਸਿਰਫ 4 ਘੰਟੇ ਦਿੱਤੇ ਜਾਣਗੇ, ਜਦਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ। ਰਿਪੋਰਟ ਮੁਤਾਬਕ ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਛੋਟ ਹੋਣ ਦਾ ਦਾਅਵਾ ਸਾਬਤ ਕਰਨ ਲਈ ਪ੍ਰਵਾਸੀਆਂ ਨੂੰ ਸਕਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕਰੀਨਿੰਗ ਟਾਲੀ ਨਹੀਂ ਜਾਵੇਗੀ, ਜਦਕਿ ਅਤੀਤ 'ਚ ਪ੍ਰਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਸਕਰੀਨਿੰਗ ਦਾ ਸਮਾਂ ਅਤੇ ਤਰੀਕ ਮੁਲਤਵੀ ਕਰਵਾਉਣ ਦਾ ਹੱਕ ਸੀ। ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ 'ਚ ਸਾਫ਼ ਦਰਸਾਇਆ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ 'ਚ ਪਹਿਲਾਂ ਕਦਮ ਰੱਖਣਗੇ, ਅਸਾਈਲਮ ਦਾ ਦਾਅਵਾ ਵੀ ਉੱਥੇ ਹੀ ਕੀਤਾ ਜਾ ਸਕਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ 'ਚ ਪਨਾਹ ਨਹੀਂ ਮਿਲ ਸਕਦੀ, ਪਰ ਇਮੀਗ੍ਰੇਸ਼ਨ ਮਾਹਿਰਾਂ ਮੁਤਾਬਕ ਚੋਰ ਮੋਰੀਆਂ ਹਾਲੇ ਵੀ ਮੌਜੂਦ ਨੇ। ਮੀਡੀਆ ਰਿਪੋਰਟਸ ਮੁਤਾਬਕ ਕੈਨੇਡਾ ਦੇ ਰਸਤੇ ਅਮਰੀਕਾ ਆ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ 65% ਵਾਧਾ ਹੋਇਆ। ਦੂਜੇ ਪਾਸੇ ਦੱਖਣੀ ਬਾਰਡਰ ਰਾਹੀਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 13,00,000 ਪ੍ਰਵਾਸੀ ਅਮਰੀਕਾ 'ਚ ਦਾਖਲ ਹੋ ਚੁੱਕੇ ਨੇ। ਇਕੱਲੇ ਜੂਨ ਮਹੀਨੇ ਦੌਰਾਨ 83,000 ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ 'ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ 2,500 ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ ਸੰਭਾਲਣ ਮਗਰੋਂ ਪਹਿਲੀ ਵਾਰ ਇੱਕ ਮਹੀਨੇ ਦੌਰਾਨ ਰੋਕੇ ਪ੍ਰਵਾਸੀਆਂ ਦੀ ਗਿਣਤੀ ਇੰਨੇ ਹੇਠਲੇ ਪੱਧਰ 'ਤੇ ਆਈ ਹੈ। ਬਾਈਡਨ ਸਰਕਾਰ ਵੱਲੋਂ ਬੀਤੇ 5 ਜੂਨ ਤੋਂ ਬਾਰਡਰ ਏਜੰਟਸ ਨੂੰ ਅਸਾਈਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਦਿੱਤਾ ਗਿਆ, ਜਿਸ ਦਾ ਅਸਰ ਸਾਫ਼ ਨਜ਼ਰ ਆਇਆ। ਦੱਸ ਦਈਏ ਕਿ 4 ਸਾਲ ਪਹਿਲਾਂ ਸਤੰਬਰ 2020 'ਚ 40,507 ਪ੍ਰਵਾਸੀਆਂ ਨੂੰ ਬਾਰਡਰ 'ਤੇ ਰੋਕਿਆ ਗਿਆ, ਜੋ ਕਿ ਪਿਛਲੇ ਕੁਝ ਵਰ੍ਹਿਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ। ਪਰ ਦਸੰਬਰ 2023 'ਚ ਸਭ ਤੋਂ ਵੱਧ 2,50,000 ਪ੍ਰਵਾਸੀਆਂ ਨੂੰ ਬਾਰਡਰ 'ਤੇ ਰੋਕਿਆ ਗਿਆ। ਨਵੰਬਰ 'ਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਨਜਾਇਜ਼ ਪ੍ਰਵਾਸ ਭੱਖ ਦਾ ਮੁੱਦਾ ਬਣਿਆ ਹੋਇਆ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਐਲਾਨ ਕਰ ਚੁੱਕੇ ਨੇ ਕਿ ਸੱਤਾ 'ਚ ਆਉਣ 'ਤੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਭਵ ਨਹੀਂ ਹੈ। ਇਹਦੇ ਨਾਲ ਨਾਲ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ 'ਚ ਹੋਰ ਕਮੀ ਆ ਸਕਦੀ ਹੈ। ਕੈਨੇਡਾ ਦਾਖਲ ਹੋਣ ਵਾਲਿਆਂ ਦੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਵਾਲਾ ਕਾਨੂੰਨ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਓਂਟਾਰੀਓ ਦੀ ਅਦਾਲਤ ਨੇ ਟਰੂਡੋ ਸਰਕਾਰ ਨੂੰ 6 ਮਹੀਨੇ ਦੇ ਅੰਦਰ ਨਵਾਂ ਕਾਨੂੰਨ ਲਿਆਉਣ ਦੀ ਹਦਾਇਤ ਦਿੱਤੀ। ਚੀਫ਼ ਜਸਟਿਸ ਮਾਈਕਲ ਟਲਕ ਨੇ ਆਪਣੇ 114 ਸਫ਼ਿਆਂ ਦੇ ਫੈਸਲੇ 'ਚ ਕਿਹਾ ਕਿ ਮੁਲਕ ਦਾ ਬਾਰਡਰ ਕੋਈ ਚਾਰਟਰ ਮੁਕਤ ਜ਼ੋਨ ਨਹੀਂ ਹੈ ਅਤੇ ਇੱਥੇ ਆਪਣੀ ਮਨਮਰਜ਼ੀ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਮੁਸਾਫਰਾਂ ਦੇ ਫੋਨ, ਟੈਬਲੇਟ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਦਾ ਵੱਡਾ ਕਾਰਨ ਹੋਣਾ ਚਾਹੀਦਾ ਹੈ ਅਤੇ ਅਜਿਹੇ 'ਚ ਮੌਜੂਦਾ ਕਾਨੂੰਨ ਸਿੱਧੇ ਤੌਰ 'ਤੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦਾ ਹੈ। ਚਾਰਟਰ ਆਫ ਰਾਈਟਸ ਐਂਡ ਫਰੀਡਮ ਅਧੀਨ ਨਿੱਜੀ ਵਸਤਾਂ ਦੀ ਗੈਰ ਜ਼ਰੂਰੀ ਤਲਾਸ਼ੀ ਲੈਣੀ ਬਿਲਕੁਲ ਵੀ ਵਾਜਬ ਨਹੀਂ। ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਅਦਾਲਤੀ ਫੈਸਲੇ ਵਿਰੁੱਧ ਸੁਪਰੀਮ ਕੋਰਟ ਜਾ ਸਕਦੀ ਹੈ, ਪਰ ਫਿਲਹਾਲ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਕੈਨੇਡਾ ਦੀ ਤਰਜ਼ 'ਤੇ ਅਮਰੀਕਾ 'ਚ ਵੀ ਅਦਾਲਤਾਂ ਵੱਲੋਂ ਇਸ ਮੁੱਦੇ 'ਤੇ ਅਹਿਮ ਫੈਸਲੇ ਸੁਣਾਏ ਜਾ ਚੁੱਕੇ ਨੇ। ਪਿਛਲੇ ਦਿਨੀ ਇੱਕ ਫੈਡਰਲ ਜੱਜ ਨੇ ਕਿਹਾ ਕਿ ਬਾਰਡਰ 'ਤੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਸਿੱਧੇ ਤੌਰ 'ਤੇ ਪ੍ਰਾਈਵੇਸੀ ਦੀ ਉਲੰਘਣਾ ਕਰਦੀ ਹੈ ਅਤੇ ਅਜਿਹੀਆਂ ਤਲਾਸ਼ੀਆਂ ਅਕਸਰ ਸੰਬੰਧਿਤ ਸ਼ਖਸ ਦਾ ਮਨ ਪੜਨ ਵਾਸਤੇ ਕੀਤੀਆਂ ਜਾਂਦੀਆਂ ਨੇ।
ਅਮਰੀਕੀ ਅਦਾਲਤ ਦਾ ਇਹ ਫੈਸਲਾ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਪਰੇ ਘਟਨਾਕ੍ਰਮ ਦੇ ਸੰਬੰਧ 'ਚ ਆਇਆ ਸੀ। ਉਦੋਂ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਅਮਰੀਕੀ ਨਾਗਰਿਕ ਨੂੰ ਰੋਕਦਿਆਂ ਉਸ ਕੋਲ ਮੌਜੂਦ ਹਰ ਚੀਜ਼ ਦੀ ਡੂੰਘਾਈ ਨਾਲ ਤਲਾਸ਼ੀ ਲਈ ਸ਼ੱਕ ਜ਼ਾਹਰ ਕੀਤਾ ਗਿਆ ਕਿ ਅਮਰੀਕੀ ਨਾਗਰਿਕ ਚਾਈਲਡ ਸੈਕਸ ਅਬਿਊਜ਼ ਦਾ ਖਰੀਦਦਾਰ ਜਾਂ ਅਜਿਹੀ ਸਮੱਗਰੀ ਰੱਖਣ ਵਾਲਾ ਹੋ ਸਕਦਾ ਹੈ। ਬਾਰਡਰ ਅਫਸਰਾਂ ਨੇ ਉਸ ਕੋਲੋਂ ਮੋਬਾਈਲ ਫੋਨ ਦਾ ਪਾਸਵਰਡ ਹਾਸਲ ਕਰਦਿਆਂ 4 ਵੀਡੀਓਜ਼ ਬਰਾਮਦ ਕੀਤੀਆਂ, ਪਰ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਅਦਾਲਤ ਨੇ ਸਿੱਟਾ ਕੱਢਿਆ ਕਿ ਬਗੈਰ ਵਾਰੰਟਸ ਤੋਂ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣੀ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ। ਇੱਥੇ ਦੱਸਣਾ ਬਣਦਾ ਹੈ ਕਿ 2019 'ਚ ਮੈਸਾਚਿਊਸਟਸ ਦੀ ਜ਼ਿਲ੍ਹਾ ਅਦਾਲਤ ਵੱਲੋਂ ਸ਼ੱਕ ਦੇ ਆਧਾਰ 'ਤੇ ਕੌਮਾਂਤਰੀ ਮੁਸਾਫਰਾਂ ਦੇ ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਨੂੰ ਅਮਰੀਕੀ ਸੰਵਿਧਾਨ ਦੀ 4th ਸੋਧ ਦੀ ਉਲੰਘਣਾ ਕਰਾਰ ਦਿੱਤਾ ਗਿਆ, ਪਰ 2021 'ਚ ਉੱਚ ਅਦਾਲਤ ਨੇ ਇਹ ਫੈਸਲਾ ਲਾਂਭੇ ਕਰ ਦਿੱਤਾ। ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਕਈ ਸਾਲ ਤੋਂ ਬਾਰਡਰ ਅਫਸਰਾਂ ਦੀਆਂ ਇਹਨਾਂ ਆਪਹੁਦਰੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਆ ਰਹੀਆਂ ਨੇ। 2017 'ਚ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਵਾਰੰਟ ਲਾਜ਼ਮੀ ਤੌਰ 'ਤੇ ਹਾਸਲ ਕੀਤਾ ਜਾਵੇ। ਹੁਣ ਕੈਨੇਡੀਅਨ ਨਾਗਰਿਕਾਂ ਦੇ ਹੱਕ 'ਚ ਆਏ ਫੈਸਲੇ ਵਿਰੁੱਧ ਟਰੂਡੋ ਸਰਕਾਰ ਕੀ ਰੁੱਖ ਅਖਤਿਆਰ ਕਰਦੀ ਹੈ, ਇਹ ਸਮਾਂ ਦੱਸੇਗਾ। ਕੈਨੇਡਾ ਦੀ ਇੱਕ ਨਵੀਂ ਫੈਡਰਲ ਸਿਆਸੀ ਪਾਰਟੀ ਓਟਵਾ 'ਚ ਅਧਿਕਾਰਤ ਤੌਰ 'ਤੇ ਲਾਂਚ ਕੀਤੀ ਗਈ ਹੈ। ਕੈਨੇਡੀਅਨ ਫਿਊਚਰ ਪਾਰਟੀ ਲਿਬਰਲ ਅਤੇ ਕੰਜ਼ਰਵੇਟਿਵਜ਼ ਦੋਵਾਂ ਤੋਂ ਨਾਖੁਸ਼ ਵੋਟਰਾਂ ਲਈ ਆਪਣੇ ਆਪ ਨੂੰ ਇੱਕ ਕੇਂਦਰਵਾਦੀ ਵਿਕਲਪ ਵਜੋਂ ਪੇਸ਼ ਕਰ ਰਹੀ ਹੈ। ਅੰਤਰਿਮ ਲੀਡਰ ਡੋਮਿਨਿਕ ਕਾਰਡੀ ਨੇ ਓਟਵਾ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਕੈਨੇਡੀਅਨਸ ਕੋਲ ਕੋਈ ਸਹੀ ਵਿਕਲਪ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਦੋਂ ਲੋਕਾਂ ਨੂੰ ਸੋਸ਼ਲ ਪ੍ਰੋਗਰਾਮ ਚਾਹੀਦੇ ਨੇ ਤਾਂ ਉਹਨਾਂ ਨੂੰ ਇੱਕ ਅਜਿਹੀ ਪਾਰਟੀ ਨਾਲ ਸਮਝੌਤਾ ਕਰਨਾ ਪੈਂਦਾ ਹੈ ਜੋ ਬਿਨਾਂ ਸਾਰਥਕ ਨਤੀਜਿਆਂ ਦੇ ਸਰਕਾਰੀ ਖਰਚਿਆਂ ਨੂੰ ਵਧਾਈ ਰੱਖਦੀ ਹੈ। ਪਰ ਦੂਜੇ ਪਾਸੇ ਲੋਕ ਜਦੋਂ ਸਰਕਾਰ ਦੇ ਵਿੱਤੀ ਅਨੁਸ਼ਾਸਨ ਦੇ ਦਾਅਵੇ ਕਰਨ ਵਾਲੀ ਪਾਰਟੀ ਵੱਲ ਰੁੱਖ ਕਰਦੇ ਨੇ ਤਾਂ ਉਸ ਦੀ ਪਹੁੰਚ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਸਰਕਾਰੀ ਸਰੋਤ ਦੀ ਦੁਰਵਰਤੋਂ ਨਾਲ ਅਮੀਰਾਂ ਨੂੰ ਤਾਂ ਫਾਇਦਾ ਹੁੰਦਾ ਹੈ ਅਤੇ ਮੁਲਕ ਦੀਆਂ ਸਮੱਸਿਆਵਾਂ ਲਈ ਹਾਸ਼ੀਆਗਤ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਅੰਤਰਿਮ ਪਾਰਟੀ ਪ੍ਰੈਜ਼ੀਡੈਂਟ ਅਤੇ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਕਾਰਕੁਨ ਟੈਰਾ ਮੈਕਫੇਲ ਨੇ ਕਿਹਾ ਹੈ ਕਿ ਇਹ ਨਵੀਂ ਪਾਰਟੀ ਸਿਆਸੀ ਤੌਰ 'ਤੇ ਬੇਘਰਿਆਂ ਲਈ ਇੱਕ ਥਾਂ ਹੈ। ਕਾਰਡੀ, ਜੋ ਕਿ ਨਿਊ ਬ੍ਰੰਜ਼ਵਿਕ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ 'ਚ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਅਤੇ ਸੂਬੇ ਦੀ NDP ਦੇ ਸਾਬਕਾ ਲੀਡਰ ਰਹੇ ਨੇ ਕਿਹਾ ਕਿ ਨਵੀਂ ਪਾਰਟੀ ਨਾ ਤਾਂ ਖੱਬੇ ਵੱਲ ਹੈ ਅਤੇ ਨਾ ਹੀ ਸੱਜੇ ਪਾਸੇ ਵੱਲ, ਸਗੋਂ ਇਹ ਅੱਗੇ ਵੱਲ ਵਧਣ ਵੱਲ ਜਾ ਰਹੀ ਹੈ। ਕੈਨੇਡੀਅਨ ਫਿਊਚਰ ਅਗਲੇ ਮਹੀਨੇ ਕਿਊਬੈਕ ਦੀ ਲੈਸਲ ਇਮਾਰਡ ਵਰਡਨ ਰਾਈਡਿੰਗ ਅਤੇ ਮੈਨੀਟੋਬਾ ਦੀ ਐਲਮਵੁੱਡ ਟ੍ਰਾਂਸਕੋਨਾ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ 'ਚ ਵੀ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਕਿਊਬੈਕ ਦੀ ਰਾਈਡਿੰਗ ਤੋਂ ਮਾਰਕ ਖੌਰੀ ਉਮੀਦਵਾਰ ਨੇ, ਮੈਨੀਟੋਬਾ ਦੀ ਰਾਈਡਿੰਗ ਲਈ ਉਮੀਦਵਾਰ ਅਜੇ ਐਲਾਨਿਆ ਜਾਣਾ ਹੈ। ਕਾਰਡੀ ਨੇ 5 ਨੀਤੀਗਤ ਨੁਕਤੇ ਤਿਆਰ ਕੀਤੇ ਨੇ ਜਿਨ੍ਹਾਂ 'ਤੇ ਇਹ ਪਾਰਟੀ ਪ੍ਰਚਾਰ ਕਰੇਗੀ। ਕਾਰਡੀ ਨੇ ਕਿਹਾ ਕਿ ਪਾਰਟੀ ਦੀ ਨਵੰਬਰ 'ਚ ਹੋਣ ਵਾਲੀ ਕਨਵੈਨਸ਼ਨ 'ਚ ਉਹ ਲੀਡਰਸ਼ਿਪ ਦੀ ਦੌੜ 'ਚ ਹਿੱਸਾ ਲੈਣਗੇ। ਕਾਰਡੀ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਪਾਰਟੀ ਦੇ ਕਿੰਨੇ ਮੈਂਬਰ ਰਜਿਸਟਰ ਕੀਤੇ ਨੇ, ਪਰ ਉਹਨਾਂ ਕਿਹਾ ਕਿ ਪਾਰਟੀ ਨੂੰ ਪਿਛਲੇ ਮਹੀਨੇ ਇਲੈਕਸ਼ਨਜ਼ ਕੈਨੇਡਾ ਤੋਂ ਮਨਜ਼ੂਰੀ ਮਿਲੀ ਸੀ ਜਿਸ ਦੇ ਲਈ ਕਿਸੇ ਪਾਰਟੀ ਦੇ 250 ਸੰਸਥਾਪਕ ਮੈਂਬਰ ਹੋਣੇ ਜ਼ਰੂਰੀ ਹੁੰਦੇ ਨੇ। ਉਹਨਾਂ ਕਿਹਾ ਕਿ ਪਾਰਟੀ ਦਾ ਸਮਰਥਨ ਲਗਾਤਾਰ ਵੱਧ ਰਿਹਾ ਹੈ। ਪਾਰਟੀ ਕੋਲ ਸੰਭਾਵੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਲਈ ਸਖ਼ਤ ਜਾਂਚ ਪ੍ਰਣਾਲੀ ਹੋਵੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਪਾਰਟੀ ਨੂੰ ਮੌਜੂਦਾ MPs ਦਾ ਕੋਈ ਸਮਰਥਨ ਹੈ ਤਾਂ ਕਾਰਡੀ ਨੇ ਕਿਹਾ ਕਿ ਉਹਨਾਂ ਨੇ ਕਈਆਂ ਨਾਲ ਗੱਲਬਾਤ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ 'ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ।
110,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਲਈ ਮਿਲੇ ਸੱਦਾ ਪੱਤਰ। ਐਕਸਪ੍ਰੈਸ ਐਂਟਰੀ ਅਧੀਨ PR ਮਿਲਣ ਦੀ ਗਿਣਤੀ 2.5 ਗੁਣਾ ਹੋਈ। ਐਲਬਰਟਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਦਾ ਐਲਾਨ। PR ਲਈ ਨਵੀਂ ਅੰਕ ਆਧਾਰਿਤ ਪ੍ਰਣਾਲੀ 30 ਸਤੰਬਰ ਤੋਂ ਹੋਵੇਗੀ ਸ਼ੁਰੂ। ਕੈਨੇਡਾ 'ਚ ਪੰਜਾਬੀ ਸਟੂਡੈਂਟਸ ਨਾਲ ਵਾਪਰੀ ਨਸਲੀ ਘਟਨਾ। ਇੱਕ ਗੋਰੇ ਨੇ ਧਮਕੀਆਂ ਦਿੰਦਿਆਂ ਕੀਤੀਆਂ ਨਸਲੀ ਟਿੱਪਣੀਆਂ। UK ਤੋਂ ਬਾਅਦ ਕੈਨੇਡਾ 'ਚ ਪ੍ਰਵਾਸੀਆਂ ਖਿਲਾਫ਼ ਰੋਸ ਪ੍ਰਦਰਸ਼ਨ। ਕੈਨੇਡਾ ਟੇਕ ਬੈਕ ਦੇ ਨਾਅਰਿਆਂ ਨਾਲ ਫੈਲਾਈ ਜਾ ਰਹੀ ਹੈ ਨਫ਼ਰਤ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।